ਏਅਰਬੀਐਨਬੀ ਦੇ ਬੈੱਡਰੂਮ 'ਚੋਂ ਸਵੇਰੇ ਉੱਠਦੇ ਹਾਂ ਸਾਰ ਹੀ, ਜਦੋਂ ਇਹ ਨਜ਼ਾਰਾ ਵੇਖਣ ਨੂੰ ਮਿਲਦਾ ਸੀਗਾ ਤਾਂ ਇੱਕ ਅਲੱਗ ਜਿਹੀ ਐਨਰਜੀ ਫੀਲ ਹੁੰਦੀ ਸੀਗੀ। ਅੱਜ ਏਅਰਬੀਐਨਬੀ 'ਚ ਸਾਡਾ ਤੀਸਰਾ ਦਿਨ ਸੀਗਾ ਅਤੇ ਉੱਠਦੇ ਹਾਂ ਸਾਰ ਹੀ ਮੈਂ ਅਤੇ ਸਾਬੀ ਭਾਅ ਜੀ ਨੇ ਪਹਿਲਾਂ ਟੇਬਲ ਟੈਨਿਸ ਦਾ ਮੈਚ ਲਾਉਣ ਦੀ ਕੋਸ਼ਿਸ਼ ਕੀਤੀ। ਮੈਂ ਕੋਸ਼ਿਸ਼ ਇਸ ਕਰਕੇ ਕਹਿ ਰਿਹਾ ਵੀ ਆਪਾਂ ਇਸ ਕੋਸ਼ਿਸ਼ ਦੇ ਵਿੱਚ ਅਸਫਲ ਰਹੇ, ਕਿਉਂਕਿ ਸਾਡੇ ਨਾਲੋਂ ਨਿਆਣੇ ਜ਼ਿਆਦਾ ਐਕਸਾਈਟਿਡ ਸੀਗੇ ਟੇਬਲ ਟੈਨਿਸ ਖੇਡਣ ਨੂੰ ਅਤੇ ਉਹਨਾਂ ਨੇ ਸਾਨੂੰ ਚੰਗੀ ਤਰ੍ਹਾਂ ਖੇਡਣ ਹੀ ਨਹੀਂ ਦਿੱਤਾ। ਇਹਦਾ ਅਲਟਰਨੇਟਿਵ ਸਾਨੂੰ ਬੇਸਮੈਂਟ 'ਚ ਲੱਭ ਗਿਆ, ਜਿੱਥੇ ਇੱਕ ਪਲੇਅ ਸਟੇਸ਼ਨ 2 ਪਿਆ ਸੀਗਾ ਜਿਹਨੂੰ ਹੋਮ ਥੀਏਟਰ ਦੇ ਨਾਲ ਅਟੈਚ ਕਰਕੇ ਮੈਂ ਅਤੇ ਸਾਬੀ ਭਾਅ ਜੀ ਨੇ ਇੱਕ ਫੀਫਾ ਦੀ ਗੇਮ ਲਾਈ। ਅਤੇ ਮੈਨੂੰ ਆਪਣੇ 10ਵੀਂ ਔਰ 12ਵੀਂ ਵਾਲੇ ਦਿਨ ਯਾਦ ਆ ਗਏ, ਕਿਉਂਕਿ ਮੈਂ ਜਦੋਂ ਇੰਡੀਆ 'ਚ ਹੁੰਦਾ ਸੀਗਾ ਮੇਰੀ ਇਹ ਫੇਵਰੇਟ ਗੇਮ ਹੁੰਦੀ ਸੀ ਅਤੇ ਸਾਬੀ ਭਾਅ ਜੀ ਕਹਿੰਦੇ ਮੈਂ ਵੀ ਆ ਇੰਡੀਆ 'ਚ ਗੇਮ ਬਹੁਤ ਖੇਡੀ ਆ, ਪਰ ਅੱਜ ਵਾਲੀ ਭਾਅ ਜੀ 'ਚ ਮੈਂ ਸਾਬੀ ਭਾਅ ਜੀ ਨੂੰ ਹਰਾ ਤਾ। ਉਹਦੇ ਬਾਅਦ ਅਸੀਂ ਚੱਲ ਪਏ ਜੀ ਅੱਜ ਵਾਲਾ ਟੂਰ ਕੰਟੀਨਿਊ ਕਰਨ ਨੂੰ। ਅੱਜ ਸਾਬੀ ਭਾਅ ਜੀ ਸਾਡੇ ਨਾਲ ਨਹੀਂ ਸੀਗੇ, ਸਾਬੀ ਭਾਅ ਜੀ ਦੀ ਬਜਾਏ ਗੋਪੀ ਵੀਰਾ ਸਾਡੇ ਨਾਲ ਸੀਗਾ, ਕਿਉਂਕਿ ਸਾਬੀ ਭਾਅ ਜੀ ਨੂੰ ਅੱਜ ਕੋਈ ਰੈਸਟੋਰੈਂਟ ਦੇ ਮੁਤਲਕ ਕੋਈ ਜ਼ਰੂਰੀ ਕੰਮ ਸੀਗਾ। ਅਤੇ ਗੱਡੀਆਂ ਸਾਡੇ ਕੋਲ ਦੋ ਸੀ, ਜਿਹੜੀ ਮੂਹਰੇ ਗੱਡੀ ਜਾਣ ਡੀ ਆ ਇਹਦੇ ਵਿੱਚ ਸਾਬ ਸੀਗਾ ਔਰ ਸਵਾਰੀਆਂ ਆਪਾਂ ਦੋਵਾਂ ਗੱਡੀਆਂ ਦੇ ਵਿੱਚ ਵੰਡ ਕੇ ਬਿਠਾ ਲਈਆਂ। ਜਿਹੜਾ ਟਾਪੂ ਦਾ ਇਹ ਵਾਲਾ ਏਰੀਆ ਸੀਗਾ ਇੱਧਰ ਮੈਂ ਪਹਿਲੀ ਵਾਰੀ ਆਇਆ ਸੀਗਾ। ਗੋਪੀ ਵੀਰੇ ਨੇ ਦੱਸਿਆ ਵੀ ਆਹ ਐਕਚੁਲੀ ਤੈਨਰੀਫ ਦਾ ਸਭ ਤੋਂ ਵੱਡਾ ਸ਼ਹਿਰ ਹੈ, ਇਹਦਾ ਨਾਮ ਸੀਗਾ ਸੈਂਤਾ ਕਰੂਜ਼ ਔਰ ਆਈ ਥਿੰਕ ਇਹ ਤੈਨਰੀਫੇ ਦੀ ਕੈਪੀਟਲ ਵੀ ਸੀਗੀ, ਕਿਉਂਕਿ ਜ਼ਿਆਦਾਤਰ ਸਰਕਾਰੀ ਬਿਲਡਿੰਗਾਂ ਔਰ ਮੇਨ ਆਫਿਸਿਸ ਸਾਰੇ ਇਸ ਏਰੀਏ ਦੇ ਵਿੱਚ ਸੀਗੇ। ਪਰ ਤੈਨਰੀਫੇ ਦੇ ਬਾਕੀ ਹਿੱਸਿਆਂ ਵਾਂਗੂ ਇੱਥੇ ਵੀ ਸਮੁੰਦਰ ਔਰ ਪਹਾੜ ਹਮੇਸ਼ਾ ਤੁਹਾਡੀ ਨਜ਼ਰਾਂ ਦੇ ਸਾਹਮਣੇ ਹੀ ਆ, ਚਾਹੇ ਤੁਸੀਂ ਜਿੱਧਰ ਨੂੰ ਮਰਜ਼ੀ ਚਲੇ ਜਾਓ। ਇਸ ਸ਼ਹਿਰ ਦੇ ਵਿੱਚ ਸਾਬੀ ਭਾਅ ਜੀ ਹੋਣਾਂ ਦੀ ਇੱਕ ਰੈਸਟੋਰੈਂਟ ਦੀ ਲੋਕੇਸ਼ਨ ਵੀ ਹੈਗੀ ਆ, ਜਿੱਥੋਂ ਅਸੀਂ ਜਾਂਦੇ ਜਾਂਦੇ ਬੱਚਿਆਂ ਵਾਸਤੇ ਕੁਝ ਸਨੈਕਸ ਵੀ ਗ੍ਰੈਬ ਕੀਤੀਆਂ। ਅੱਜ ਅਸੀਂ ਘਰੋਂ ਲੇਟ ਆਏ ਸੀਗੇ ਤਾਂ ਕਰਕੇ ਲੰਚ ਦਾ ਟਾਈਮ ਆਲਰੇਡੀ ਹੋ ਚੁੱਕਾ ਸੀਗਾ ਅਤੇ ਸਾਹਿਬ ਕਹਿੰਦਾ ਕਿ ਪਹਿਲਾਂ ਫਿਰ ਆਪਾਂ ਲੰਚ ਹੀ ਕਰ ਲੈਂਦੇ ਹਾਂ ਅਤੇ ਉਹਨੇ ਆਪਣੇ ਇੱਕ ਪਸੰਦੀਦਾ ਇਟਾਲੀਅਨ ਰੈਸਟੋਰੈਂਟ ਦੇ ਵਿੱਚ ਸਾਨੂੰ ਲੰਚ ਕਰਾਇਆ। ਲੰਚ ਫਿਨਿਸ਼ ਕਰਨ ਦੇ ਬਾਅਦ ਆਪਾਂ ਜਦੋਂ ਰੈਸਟੋਰੈਂਟ ਦੀ ਬੈਕ ਸਾਈਡ 'ਤੇ ਗਏ ਅਤੇ ਉੱਥੇ ਆ ਗਲੀ ਸੀਗੀ ਅਤੇ ਇਹ ਪਿੰਡ ਦਾ ਨਜ਼ਾਰਾ ਵਾਕਈ ਅਸੀਂ ਦੇਖਿਆ ਨਹੀਂ ਸੀ, ਕਿਉਂਕਿ ਆਪਾਂ ਫਰੰਟ ਵਾਲੀ ਸਾਈਡ ਤੋਂ ਆਏ ਸੀਗੇ ਅਤੇ ਪਿੱਛੇ ਜਦੋਂ ਆਏ ਤਾਂ ਗਲੀ ਬੜੀ ਸੁਪਰ ਕਿਊਟ ਜੀ ਲੱਗੀ, ਸਪੈਸ਼ਲੀ ਜਿਹੜੇ ਪਹਾੜੀ 'ਤੇ ਬਣੇ ਰੰਗ ਬਿਰੰਗੇ ਘਰ ਅਤੇ ਨਿਆਣਿਆਂ ਨੇ ਇੱਥੇ ਮਾੜੇ ਮੋਟੇ ਜੰਪ ਜੁੰਪ ਮਾਰ ਕੇ ਆਪਣਾ ਜਿਹੜਾ ਖਾਣਾ ਖਾਧਾ ਸੀਗਾ ਉਹਨੂੰ ਪਹੁੰਚਾਇਆ। ਇਹਨਾਂ ਤਿੰਨਾਂ ਨੇ ਪਤਾ ਨਹੀਂ ਕਿਉਂ ਇੰਨਾ ਸੀਰੀਅਸ ਜਿਹਾ ਫੇਸ ਬਣਾਇਆ ਸੀਗਾ। ਬਾਹਰ ਵਾਲਾ ਖਾਣਾ ਖਾ ਕੇ ਆਪਾਂ ਚੱਲ ਪਏ ਜੀ ਅੱਗੇ ਨੂੰ ਅਤੇ ਨਾਲ ਹੀ ਸਾਡੇ ਵੰਸ ਅਗੇਨ ਟਰਕੋਇਜ਼ ਔਰ ਨੀਲੇ ਰੰਗ ਦੇ ਪਾਣੀ ਵਾਲਾ ਬੀਚ ਸੀਗਾ ਅਤੇ ਆ ਕਲਿਫ ਜੀ ਤਾਂ ਨੂੰ ਜਾਂਦੀ ਸੀਗੀ, ਮਤਲਬ ਕਿ ਬੀਚ ਆਲ ਦਾ ਟਾਈਮ ਸਾਡੇ ਰਾਈਟ ਸਾਈਡ 'ਤੇ ਸੀਗਾ ਅਤੇ ਸਾਹਿਬ ਨੇ ਦੱਸਿਆ ਵੀ ਆਹ ਵਾਲਾ ਜਿਹੜਾ ਏਰੀਆ ਵਾ ਇੱਥੇ ਲੋਕਲ ਲੋਕ ਜ਼ਿਆਦਾ ਨੇ ਅਤੇ ਟੂਰਿਸਟ ਘੱਟ ਉੱਤੇ ਇੱਧਰ ਰੈਜੀਡੈਂਸ਼ੀਅਲ ਏਰੀਆ ਲਾ ਲਓ ਵੀ ਜ਼ਿਆਦਾ ਵਾ। ਅਤੇ ਦਿਨ ਐਤਵਾਰ ਦਾ ਸੀਗਾ, ਐਤਵਾਰ ਦਾ ਦਿਨ ਹੋਣ ਕਰਕੇ ਬੀਚ ਵੀ ਐਂ ਖਚਾ ਖਚ ਭਰਿਆ ਸੀਗਾ ਅਤੇ ਥੋੜ੍ਹਾ ਜਿਹਾ ਅੱਗੇ ਗਏ ਅਤੇ ਸਾਹਿਬ ਕਹਿੰਦਾ ਵੀ ਇੱਥੋਂ ਵਿਊ ਪੁਆਇੰਟ ਬੜਾ ਵਧੀਆ ਵਾ, ਆਪਾਂ ਇੱਥੇ ਸਾਈਡ 'ਤੇ ਗੱਡੀ ਲਾ ਕੇ ਅਤੇ ਮੈਂ ਤੁਹਾਨੂੰ ਇੱਥੋਂ ਦੋ ਬੀਚ ਦੇਖਦੇ ਸੀ ਦੋਵਾਂ 'ਚ ਕਹਿੰਦਾ ਮੈਂ ਤੁਹਾਨੂੰ ਫਰਕ ਦਿਖਾਉਂਦਾ ਵਾ। ਗੱਡੀ ਆਪਾਂ ਸਾਈਡ 'ਤੇ ਲਾ ਲਈ ਅਤੇ ਇੱਥੇ ਲੈਫਟ ਸਾਈਡ 'ਤੇ ਇੱਕ ਹੋਰ ਬੀਚ ਸੀਗਾ ਜਿਹੜਾ ਉਹ ਵਾਲੇ ਬੀਚ ਨਾਲੋਂ ਡਿਫਰੈਂਟ ਸੀਗਾ, ਇਹ ਡਿਫਰੈਂਟ ਇੱਦਾਂ ਸੀਗਾ ਰੰਗ ਪਾਣੀ ਦਾ ਅਤੇ ਰੰਗ ਉਹ ਸੇਮ ਹੀ ਸੀਗਾ ਬਟ ਜਿਹੜਾ ਇੱਥੋਂ ਦਾ ਸੈਂਡ ਸੀਗਾ ਜਾਂ ਰੇਤਾ ਸੀਗਾ ਉਹ ਕਾਲੇ ਰੰਗ ਦਾ ਸੀਗਾ ਜਿਹਨੂੰ ਆਪਾਂ ਬਲੈਕ ਸੈਂਡ ਬੀਚ ਕਹਿ ਦਿੰਦੇ ਹਾਂ ਅਤੇ ਇਹ ਵੀ ਐਂ ਖਚਾ ਖਚ ਭਰਿਆ ਸੀ। ਨਿਆਣਿਆਂ ਨੂੰ ਤਾਂ ਕਰਕੇ ਚੁੱਕਿਆ ਸੀ ਕਿ ਡਰ ਫਿਰ ਵੀ ਡਰ ਲੱਗਦਾ ਸੀ ਕਿਉਂਕਿ ਸਾਹਮਣੇ ਇੱਕਦਮ ਕਲਿਫ ਸੀਗਾ ਨਾ ਅਤੇ ਫਿਰ ਸਾਹਿਬ ਕਹਿੰਦਾ ਤੁਹਾਨੂੰ ਹੁਣ ਮੈਂ ਇਸੇ ਹੀ ਬਿਲਕੁਲ ਆਪਾਂ 10 ਕਦਮ ਦੂਜੇ ਪਾਸੇ ਜਾ ਤੁਰ ਕੇ ਜਾਂਦੇ ਹਾਂ ਅਤੇ ਤੁਸੀਂ ਸੈਂਡ ਦਾ ਰੰਗ ਨੋਟਿਸ ਕਰਿਓ। ਵਾਕਿਆ ਸਾਹਿਬ ਦੀ ਗੱਲ ਸੁਣੋ, ਜਿਹੜਾ ਇੱਧਰਲਾ ਬੀਚ ਸੀਗਾ ਟੋਟਲੀ ਡਿਫਰੈਂਟ ਸੀਗਾ ਜਿਹੜੇ ਕਲਿਫ ਦੇ ਦੂਸਰੇ ਪਾਸੇ ਬੀਚ ਸੀਗਾ, ਇਹਦਾ ਰੰਗ ਜਾਣੀ ਕਿ ਜੋ ਨੋਰਮਲ ਸੈਂਡ ਦਾ ਕਲਰ ਹੁੰਦਾ ਵਟ ਐਵਰ ਪੀਲਾ ਉਹ ਨੋਰਮਲ ਹੀ ਸੀਗਾ,
बट बहुत ही साफ सुथरा ते सोहना कंट्रास्ट, जिदा नीला पानी और जो रेते का रंग सेगा, है ना, बे स्पेशली जो शोर लाइन पर सेगा बहुत सोहना लगता से कंट्रास्ट। तो फिर साढ़े दिमाग चाह भी यार आप एवं बीच उतों लागे हुए तो ड्राइव करके निकल आए हाँ, सानू जाना चाहिए। दिन भी एक बड़ा वधिया बड़ा सोहना सेगा, तो नाले सोचा भी चल न्याणे फॉर सम रीज़न न्याणे बीच में बहुत ज़्यादा इंजॉय करते हैं। मैं आम वन ऑफ दोज परसनस की जिन्हों जे पहाड़ और बीच के कोई ऑप्शन हो मैं हमेशा पहाड़ा पर जाना ज़्यादा लाइक करूँगा। बट फिर न्याणियों नू मैं सोचा भी इन्हों का फन हो जूगा, तो आप थले फिर दोबारा ड्राइव करके गए, तो फिर असी गए बीच पर। ਰਾਜ ਹੁਣ ਰੁਕੇ ਆ, ਨਿਆਣੇ ਨਹੀਂ ਇੱਥੇ ਗੱਲੇ ਕਿਉਂਕਿ ਹੁਣ ਕੈਮਰੇ 'ਚ ਨਹੀਂ ਆਉਣਾ, ਪਰ ਮੈਂ ਗਾਂ ਵੇਖ ਹੀ ਲਵਾਂ। ਇਹ ਪਹਾੜੀ ਜੀ ਚੜ੍ਹਨੀ ਆ, ਇਹ ਸਾਹਿਬ ਆਉਂਦਾ, ਇੱਥੋਂ ਵਿਊ ਬੜਾ ਘੈਂਟ ਆ, ਪਰ ਅਸੀਂ ਹਜੇ ਹੋਰ ਅੱਗੇ ਜਾਣਾ ਵਾ, ਵੇਖਦੇ ਹਾਂ ਵੀ ਕਿਹੜਾ ਵਿਊ ਦਿਖਾਉਂਦਾ। ਓ ਬੱਲੇ ਓ ਬੱਲੇ 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 ਬੱਲੇ, ਓ ਵਾਹ ਜੀ ਵਾਹ, ਇਹ ਤਾਂ ਮੁੱਲ ਮੋੜਤਾ ਜੇ ਸਾਹਿਬ ਨੇ। दुआई उठों तनु पहले से बनाना नहीं आंदा कुछ मान ओ भी करता ओ भाई डया ने भी है गा जी ओ देखो ते ओ दो तीन इधर ओ मुर्गे एक मैं कितना सोना पे दमन दो तुम ध्यान ना दमन लगे जा दे गो नियर गो नो यू स्केर्ड ही इज जस्ट अ चिकन क्विक 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 आई थिंक कुक इज गोना फॉल नहीं गेट थोड़ी देर कुकड़ा ना खेडन तो बाद असी 10 मिनट ड्राइव करके जो अगे आए तो उत्थे सानू ये काफ़ी कारा पार्क इदा नज़र आई। तो फिर साहब ने दसिया भी इत्थे एक काइंड ऑफ फॉरेस्ट आ जिदे मनना वा भी जे तुहाडा डे काफ़ी स्ट्रैसफुल रहा तो तुसी सिंपली आ के इत्थे वॉक करनी आ, तो ये जो फॉरेस्ट है तुहाडे सारी नैगेटिव एनर्जी नू अबजॉर्ब कर लूगा और तुहानू पॉजिटिविटी इन रिटर्न दूगा। तो अं आ गए चलो नैगेटिव एनर्जी तो साढ़े च है नहीं, पर असी थक जरूर गए सी सवेर दा बच्चों के नाल, काफ़ी सानू तुरना पे अज, तो अगर चलो उदा ही रिफ्रैश फील करते हैं तो देखते हैं भी ये फॉरेस्ट का मैजिक कम करता साढ़े ते कि नहीं। दस की इन बारे अच्छा हाँ देखो कि कहता भी जे तुम इधर तुरते तुरो अखा बंद करके हाँ तो तुम नेचर को फील करोगे, तो दिमाग के जो बूहे बंद हो सदियां तो खुलन।
ਮਤਲਬ ਕਿ ਲੱਕੜ ਦੇ ਇਦਾਂ ਦੀ ਆ ਨਾ ਲੱਕੜ ਆ ਪੱਥਰ ਲੱਕੜ ਆ If you walk in silence, go deep into vegetation. Bhakti de mod ch behjo kehnda. Haan ve dimag de buhe kholan de sade. Lambe lambe saah leke chalo. ਮੰਜਾ ਲਿਆਂਦਾ ਹੋਵੇ ਤੇ ਨਾਲ ਚਾਦਰ ਦੀ ਲਿਆਂਦੀ ਹੋਵੇ ਇੱਕ ਨਹੀਂ ਇੱਥੋਂ ਤੱਕ ਹੀ ਬੇੜਾ ਚਰੂ ਕੋ ਗਿਆ ਤਾਂ ਥੈਂਕ ਯੂ ਇਸ ਵੇਲੇ ਆ ਗਿਆ ਆਏ ਕੀ ਓ ਭੱਜੀ ਕਮਾਲ ਦੀ ਸ਼ਾਂਤੀ ਇਸ ਜਗ੍ਹਾ ਤੇ ਇੱਦਾਂ ਲੱਗਦਾ ਜਿੱਦਾਂ ਆਪਾਂ ਕਿਤੇ ਜਿੱਦਾਂ ਬਹੁਤ ਜ਼ਿਆਦਾ ਧੁੱਪ ਦੇ ਵਿੱਚੋਂ ਇੱਕਦਮ ਏ ਸੀ ਵਾਲੇ ਕਮਰੇ 'ਚ ਨਹੀਂ ਆ ਜਾਂਦੇ ਅਤੇ ਐਂ ਮਤਲਬ ਕਿ ਹੁਣ ਸ਼ਰਟ ਦੇ ਵਿੱਚ ਠੰਡ ਲੱਗਣ ਡੀ ਆ ਅਤੇ ਸਾਫ ਦੱਸਣ ਡਿਆ ਕਈ ਵਾਰੀ ਤਾਂ ਇੱਦਾਂ ਹੁੰਦਾ ਵੀ ਬਾਹਰ ਆਪਾਂ ਨਿੱਕਰਾਂ ਪਈਆਂ ਹੁੰਦੀਆਂ ਅਤੇ ਇੱਥੇ ਆ ਜਾਈਏ ਅਤੇ ਮਤਲਬ ਕਿ ਜੈਕਟ ਪਾਉਣ ਵਾਲਾ ਕੰਮ ਹੋ ਜਾਂਦਾ ਸਿਰਫ ਇਹ ਨਹੀਂ ਵੀ ਆਪਾਂ ਕਿਸੇ ਹੋਰ ਐਲਟੀਟਿਊਡ 'ਤੇ ਆ ਗਏ ਹਾਂ ਔਰ ਰੁੱਖਾਂ ਦੀ ਛਾਂ ਹੀ ਇੰਨੀ ਕੁ ਜ਼ਿਆਦਾ ਮਤਲਬ ਕਿ ਸੰਘਣੀ ਆ ਔਰ ਸੰਘਣੀ ਵੀ ਆ ਨਾਲੇ ਮੈਂ ਫੁੱਲ ਉਹਨਾਂ ਨੂੰ ਜਿੱਦਾਂ ਆਪਣਾ ਜਿਹੜੇ ਪੱਤੇ ਪੁੱਤੇ ਵੀ ਆ ਪੱਤੇ ਤਾਂ ਹੈ ਹੀ ਨਹੀਂ ਪਤਾ ਨਹੀਂ ਕੀ ਲੱਗਾ ਇਹਨਾਂ ਨੂੰ ਮੋਰ ਪੰਖ ਜੇ ਉਹ ਵੀ ਐਂ ਠੰਡੇ ਪਏ ਜਿੱਦਾਂ ਠੰਡਕ ਜੀ ਨਹੀਂ ਛੱਡਦੇ ਸਪਰੇਅ ਜੀ ਨਹੀਂ ਕਰਦੇ ਜਿੱਦਾਂ ਠੰਡਕ ਉਹ ਕੰਮ ਜੇ ਅਤੇ ਬਾਕੀ ਇਹ ਲਾਜਵਾਬ ਹੈ ਜਗ੍ਹਾ ਕੀ ਡਿਫਰੈਂਸ ਮਹਿਸੂਸ ਹੋਣ ਡਿਆ ਠੰਡ ਦੇ ਵਿੱਚੋਂ ਕਿੱਥੇ ਆ ਗਏ ਕਿੱਥੇ ਰਹਿਣਾ ਇੱਧਰ ਧੁੱਪ ਹੈ ਉੱਧਰ ਵੀ ਹੈਗਾ ਇੱਕ ਪੁਆਇੰਟ ਆਫ ਵਿਊ ਵਾਓ ਨਾਈਸ ਕੋਸਾ ਬੇਚਿਆ ਦੈਟਸ ਕਾਲਡ ਹੈਵਨ ਆਈਲੈਂਡ ਦੀ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਵਧਾ ਦਿੱਤੀਆਂ ਹੁਣ ਆਪਾਂ ਕਿਤੇ ਵੀ ਜਾਣੇ ਕਹਿੰਦੇ ਸੋਹਣਾ ਆਈਲੈਂਡ ਵਰਗਾ ਨਹੀਂ ਜਵਾਲਾ ਉਹੀ ਹੈ ਨਾ ਹਾਂ ਉਹ ਜਵਾਲਾ ਦੇਖੋ ਆਪਾਂ ਕੱਲ੍ਹ ਜਾ ਕੇ ਕਿੰਨੀ ਦੂਰ Gracias. Thank you. Say bye to him. Bye. Okay, thank you. Thank you. Yeah. Gracias. Did you pull? Yes. Watch out, I don't want to break. Sorry. Hey, don't break anything. Thank you so much. Have a good one. Okay, Spider-Man, do your thing. Spider-Man kitha gaya tha? Batman. Batman kitha gaya tha? Oh, banaya ho jehdi uddi hundi ya, gambhiri ji jehdi kehde vidya padhai. Aho. Is thande jungle di thand mannan ton baad assi chal pe ji hor agge nu. ਅੱਜ ਵਾਲਾ ਦਿਨ ਦਰਅਸਲ ਇੱਦਾਂ ਹੀ ਸੀਗਾ ਕੋਈ ਜ਼ਿਆਦਾ ਪਲੈਨਿੰਗ ਨਹੀਂ ਸੀ ਜੋ ਵੀ ਰਸਤੇ 'ਚ ਰੁਕਣ ਵਾਲੀ ਸਾਨੂੰ ਜਗ੍ਹਾ ਲੱਗ ਪੈਂਦੀ ਸੀ ਅਤੇ ਆਪਾਂ ਉੱਥੇ ਰੁਕ ਜਾਂਦੇ ਸੀਗੇ ਅਤੇ ਜਿੱਦਾਂ ਆਹ ਵੀ ਜਿਹੜੀ ਡਰਾਈਵ ਸੀ ਉੱਦਾਂ ਤਾਂ ਬਾਹਰ ਕਾਫੀ ਹਜੇ ਧੁੱਪ ਸੀਗੀ
ਬਟ ਇੱਥੇ ਰੋਖੀ ਇੰਨੀ ਕੁ ਜ਼ਿਆਦਾ ਸੰਘਣੀ ਸੀ ਵੀ ਇੱਦਾਂ ਲੱਗਦਾ ਸੀ ਜਿੱਦਾਂ ਸ਼ਾਮ ਹੋ ਗਈ ਹੋਵੇ। ਇੱਦਾਂ ਅੱਗੇ ਡਰਾਈਵ ਕਰਦੇ ਕਰਦੇ ਇੱਕ ਹੋਰ ਜਗ੍ਹਾ ਆਈ ਜਿੱਥੇ ਸਾਨੂੰ ਕਾਫੀ ਕਾਰਾਂ ਰੁਕੀਆਂ ਮਿਲੀਆਂ ਅਤੇ ਅਸੀਂ ਆਖਿਆ ਚਲੋ ਇੱਥੇ ਵੀ ਦੇਖਦੇ ਹਾਂ ਵੀ ਇੱਥੇ ਵੀ ਕੁਝ ਦੇਖਣ ਵਾਲੀ ਚੀਜ਼ ਹੋਊਗੀ। ਅਤੇ ਜਦੋਂ ਕਾਰ 'ਚੋਂ ਉਤਰੇ ਤਾਂ ਫਿਰ ਸਾਨੂੰ ਆਹ ਵਾਲਾ ਨਜ਼ਾਰਾ ਦੇਖਣ ਨੂੰ ਮਿਲਿਆ। ਫਿਰ ਜਦੋਂ ਅਸੀਂ ਪਹਾੜੀ ਤੋਂ ਥੱਲੇ ਉਤਰੇ ਅਤੇ ਜਿਹੜੇ ਖੂਬਸੂਰਤ ਪਿੰਡ ਸਾਨੂੰ ਪਹਾੜੀ ਦੇ ਉੱਤੋਂ ਨਜ਼ਰ ਆ ਰਹੇ ਸੀਗੇ ਫਿਰ ਅਸੀਂ ਉਹਨਾਂ ਦੇ ਵਿੱਚੋਂ ਡਰਾਈਵ ਕੀਤਾ ਅਤੇ ਉਹਨਾਂ ਨੂੰ ਹੋਰ ਵੀ ਲਾਗੋਂ ਦੇਖਿਆ। ਅਸੀਂ ਘਰ ਵੱਲ ਨੂੰ ਵਾਪਸ ਜਾ ਰਹੇ ਸੀਗੇ ਅਤੇ ਆਲਮੋਸਟ ਛੁੱਟੀ ਦਾ ਵੀ ਲਾ ਲਓ ਜਿੱਦਾਂ ਟਾਈਮ ਸੀਗਾ ਅਤੇ ਮੇਰੇ ਦਿਮਾਗ 'ਚ ਇਹ ਚੀਜ਼ ਆਈ ਵੀ ਜਿਹੜੇ ਲੋਕ ਰੋਜ਼ ਜਿੱਦਾਂ ਹੁਣ ਇਸੇ ਰਸਤੇ ਤੋਂ ਕੰਮ ਤੋਂ ਘਰ ਜਾਂਦੇ ਹੋਣਗੇ ਕਿ ਉਹ ਲੋਕ ਵੀ ਇਸ ਰਸਤੇ 'ਤੇ ਟਰੈਵਲ ਕਰ ਕਰਕੇ ਬੋਰ ਹੋ ਗਏ ਹੋਣਗੇ। ਜੇ ਮੇਰੀ ਇਹ ਰੋਜ਼ ਦੀ ਡਰਾਈਵ ਹੋਏ ਘਰ ਦੀ ਆਈ ਡੋਂਟ ਥਿੰਕ ਕਿ ਮੈਂ ਬੋਰ ਹੋਊਂਗਾ ਕਿਉਂਕਿ ਮੈਂ ਤਾਂ ਕਮਿਊਟ ਨੂੰ ਰੋਜ਼ ਲੁੱਕ ਫੋਰਵਰਡ ਕਰੂੰਗਾ। Clapping. Yeah! Oh, sir. Either for it, after you. Yummy? Yummy? ਇਹ ਤਾਂ ਟਫਲੀ ਚੀਜ਼ ਮੇਰੇ ਲਈ ਵੀ ਬਣਿਆ ਵਾ ਆਹ ਲੈ ਲਿਪ ਦਾ ਮਜਾ ਵਾਲੀ ਉਹ ਨਾ ਨਾ ਚੱਲ ਲੈ ਲਓ ਇੱਕ ਇੱਕ ਲੈ ਲਓ ਫਿਰ ਉਹ ਚੌਕਲੇਟ ਨਹੀਂ ਖਾਣੀ।